ਦਿੰਦਾ ਚੇਤਾ ਆ ਗਿਆ ਗੁੱਗੇ ਨੂੰ ਵੀ ਲੋਕ ਰੱਬ ਮੰਨਦੇ ਨੇ ਭਰਮ ਹੈ ਨਾ ਵਿਚਾਰੀ ਕਿਉਂਕਿ ਭਰਮ ਦੀ ਚੱਲੀ ਇਹ ਗੱਲ ਭਰਮ ਤੇ ਕਰਾਂਗੇ ਗੁੱਗਾ ਕੀ ਹੈ ਗੁੱਗਾ ਭਗਵਾਨ ਹੈ ਰੱਬ ਹੈ ਸੱਪ ਦੀ ਪੂਜਾ ਕਰਦੇ ਨੇ ਲੋਕ ਰੱਬ ਸਮਝ ਕੇ ਸੱਪਾਂ ਦੀ ਕਰੇ ਪੂਜਾ ਕੱਚੀ ਲੱਸੀ ਜਾ ਗੁੱਗੇ ਨੂੰ ਪਾਵਦਾ ਏ ਵੀਰਵਾਰ ਨੂੰ ਕੱਪੜੇ ਰੱਖ ਗੰਦੇ ਮੰਗਲਵਾਰ ਨੂੰ ਸਿਰ ਨਾ ਨਹਾਉਂਦਾ ਏ ਵੀਰਵਾਰ ਨੂੰ ਕੱਪੜੇ ਨਹੀਂ ਧੋਣੇ ਜੀ ਮੰਗਲਵਾਰ ਨੂੰ ਸਿਰ ਨਹੀਂ ਨਹਾਉਣਾ ਅਸੀਂ ਗੁੱਗੇ ਨੂੰ ਪਾਣੀ ਜਾ ਕੇ ਪਾਉਣਾ ਕੱਚੀ ਲੱਸੀ ਕਰਕੇ ਪਾਉਣੀ ਕਿਉਂ ਗੁੱਗਾ ਰੱਬ ਹੈ ਜੀ ਗੁੱਗਾ ਭਗਵਾਨ ਹੈ ਤੇ ਜਿਸ ਦਿਨ ਵਿਚਾਰਾ ਗੁੱਗਾ ਸਾਡੀ ਅਲਮਾਰੀ ਦੇ ਪਿੱਛੋਂ ਜਾਂ ਸਾਡੀ ਪੇਟੀ ਦੇ ਪਿੱਛੋਂ ਆਪਣੀ ਮਰਜ਼ੀ ਆ ਦਿਖਾ ਦਿੰਦਾ ਨਾ ਸੁੰਡ ਦਿਖਾ ਦਿੰਦਾ ਮੂੰਹ ਦਿਖਾ ਦਿੰਦਾ ਸਾਰਾ ਟੱਬਰ ਅੱਗੇ ਅੱਗੇ ਹੁੰਦਾ ਤੇ ਗੁੱਗਾ ਪਿੱਛੇ ਪਿੱਛੇ ਹੁੰਦਾ ਤੇ ਕਹਿੰਦੇ ਨੇ ਕੋਈ ਇਹਨੂੰ ਮਾਰੋ ਕੋਈ ਸਾਡੇ ਘਰ ਚੋਂ ਭਜਾਓ ਉਹ ਭਾਈ ਤੁਹਾਡਾ ਭਗਵਾਨ ਆਇਆ ਉਹਨੂੰ ਜੀ ਆਇਆ ਆਖੋ ਮੋਸਟ ਵੈਲਕਮ ਆਖੋ ਉਹਨੂੰ ਆਖੋ ਭਗਵਾਨ ਜੀ ਘਰ ਹੀ ਤੁਹਾਡਾ ਇੱਥੇ ਬੈਠੋ ਤੇ ਚਾਰ ਪੰਜ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਆਓ ਪਰ ਨਹੀਂ ਫਿਰ ਡਾਂਗਾਂ ਸੋਟੇ ਚੁੱਕਦੇ ਆ ਫਿਰ ਜੋਗੀ ਨੂੰ ਬੁਲਾਉਂਦੇ ਆ ਕਹਿੰਦੇ ਆ ਜੀ ਇਹ ਹੁਣ ਕਿਰਪਾ ਕਰਕੇ ਘਰ ਚੋਂ ਨਿਕਲ ਜਾਵੇ ਜਿਹਨੂੰ ਰੱਬ ਸਮਝ ਕੇ ਉਹਦੀ ਆਰਾਧਨਾ ਕਰ ਰਹੇ ਹੋ ਜੇ ਤੁਹਾਨੂੰ ਅੱਜ ਉਹਨੇ ਦਰਸ਼ਨ ਦੇ ਦਿੱਤੇ ਨੇ ਤੇ ਉਸ ਵਿਚਾਰੇ ਨੂੰ ਮਾੜਾ ਕਿਉਂ ਕਹਿ ਰਹੇ ਹੋ ਉਹਨੂੰ ਤਾਂ ਆਪਣੇ ਗਲ ਨਾਲ ਲਾ ਕੇ ਰੱਖਣਾ ਚਾਹੀਦਾ ਹੈ ਸਦਕੇ ਜਾਈਏ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਸਾਨੂੰ ਗੁੱਗਿਆਂ ਦੀ ਪੂਜਾ ਨਾਲ ਨਹੀਂ ਜੋੜਿਆ ਵਹਿਮਾਂ ਭਰਮਾਂ ਦੇ ਨਾਲ ਨਹੀਂ ਜੋੜਿਆ ਪਖੰਡਾਂ ਦੇ ਨਾਲ ਨਹੀਂ ਜੋੜਿਆ ਜੰਤਰਾਂ ਮੰਤਰਾਂ ਤੰਤਰਾਂ ਦੇ ਨਾਲ ਨਹੀਂ ਜੋੜਿਆ ਸਾਨੂੰ ਨਹੀਂ ਆਖਿਆ ਸੂਰਜ ਦੀ ਆਰਾਧਨਾ ਕਰੋ ਸਾਨੂੰ ਨਹੀਂ ਆਖਿਆ ਚੰਦਰਮਾ ਦੀ ਆਰਾਧਨਾ ਕਰੋ ਸਾਨੂੰ ਨਹੀਂ ਆਖਿਆ ਧਰਤੀ ਨੂੰ ਮਾਂ ਸਮਝ ਕੇ ਉਹਦੀ ਆਰਾਧਨਾ ਕਰੋ ਸਾਨੂੰ ਤਾਂ ਆਖਿਆ ਤੁਹਾਡੀ ਮਾਂ ਵੀ ਅੱਲਾ ਵਾਹਿਗੁਰੂ ਪਰਮਾਤਮਾ ਤੁਹਾਡਾ ਪਿਤਾ ਵੀ ਵਾਹਿਗੁਰੂ ਤੁਹਾਡਾ ਭਰਾ ਵੀ ਵਾਹਿਗੁਰੂ ਸਭ ਕੁਝ ਵਾਹਿਗੁਰੂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਉੱਥੇ ਤਾਂ ਕਿਸੇ ਵੀ ਗੱਲ ਦੀ ਕੋਈ ਥੋੜ ਹੀ ਨਹੀਂ ਹੈ ਮਾਂ ਦਾ ਪਿਆਰ ਵੀ ਵਾਹਿਗੁਰੂ ਦਿੰਦਾ ਪਿਤਾ ਦਾ ਪਿਆਰ ਵੀ ਵਾਹਿਗੁਰੂ ਦਿੰਦਾ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਭਾਉ ਨਾ ਬ੍ਰਹਮੈ ਲਿਖਿਆ ਚਾਰ ਬੇਦ ਸਿਮਰਤ ਪੜ ਪੇਖੈ ਢੂੰਡੀ ਸਗਲੀ ਪ੍ਰਿਥਵੀ ਸਤਯੁਗ ਆਦਿ ਦੁਆਪਰ ਤ੍ਰੇਤੈ ਸਾਰੀ ਧਰਤੀ ਦਾ ਮਹਾਰਾਜ ਨੇ ਭਰਮ ਕੀਤਾ ਤੇ ਵਿਚਾਰ ਪੜੇ ਸਤਯੁਗ ਦੇ ਦੁਆਪਰ ਦੇ ਤ੍ਰੇਤੇ ਦੇ ਫਿਰ ਮਹਾਰਾਜ ਨੇ ਜੋ ਵਾਚਿਆ ਕਲਯੁਗ ਧੁੰਦੂ ਘਾਰ ਹੈ ਭਰਮ ਭੁਲਾਈ ਬਹੁਵਿਧ ਭੇਖ ਹੈ ਇਸ ਕਲਯੁਗ ਦੇ ਸਮੇਂ ਨੂੰ ਮਾੜਾ ਆਖ ਆਖ ਕੇ ਕਹਿ ਕਹਿ ਕੇ ਧੁੰਦੂ ਕਾਰ ਬਣਾ ਦਿੱਤਾ ਲੋਕਾਂ ਨੂੰ ਭਰਮਾਂ ਦੇ ਵਿੱਚ ਵਹਿਮਾਂ ਦੇ ਵਿੱਚ ਪਾ ਦਿੱਤਾ ਜਿੱਥੇ ਜਾਓ ਸਮਾਂ ਬੜਾ ਮਾੜਾ ਹੈ ਜੀ ਸਮਾਂ ਬੜਾ ਮਾੜਾ ਹੈ ਸਮੇਂ ਨੂੰ ਮਾੜਾ ਕੌਣ ਕਰਦਾ ਜੇ ਅਸੀਂ ਕਿਸੇ ਇਨਸਾਨ ਦੇ ਮੋਢੇ ਉੱਤੇ ਬੰਦੂਕ ਰੱਖ ਕੇ ਚਲਾਉਣ ਦੀ ਨਾ ਕੋਸ਼ਿਸ਼ ਕਰੀਏ ਅਸੀਂ ਖੁਦ ਆਪਣਾ ਜੀਵਨ ਸੁਧਾਰੀਏ ਅਸੀਂ ਕਹਿੰਦੇ ਹਾਂ ਜੀ ਪਿੰਡ ਮਾੜਾ ਸ਼ਹਿਰ ਮਾੜਾ ਦਿੱਲੀ ਮਾੜੀ ਹੈ ਪੰਜਾਬ ਮਾੜਾ ਕਲਕੱਤਾ ਮਾੜਾ ਬੰਬਈ ਮਾੜੀ ਹੈ ਚੰਗੀ ਜਗ੍ਹਾ ਕਿਹੜੀ ਹੈ ਤੁਹਾਡਾ ਘਰ ਉਹ ਵੀ ਤਾਂ ਮਾੜਾ ਹੀ ਹੈ ਚੰਗੀ ਜਗ੍ਹਾ ਕਿਹੜੀ ਕਿਸੇ ਬੰਦੇ ਨੂੰ ਸਮਝਾਉਣ ਦੀ ਬਜਾਏ ਮੈਂ ਬੇਨਤੀ ਕਰਾਂਗਾ ਪਹਿਲਾਂ ਖੁਦ ਸਵਰੋ ਆਪ ਸਵਾਰੇ ਮੈਂ ਮਿਲਿਆ ਸੁਖ ਹੋਏ ਜੇ ਖੁਦ ਪਹਿਲਾਂ ਆਪਣਾ ਆਪ ਸਵਾਰ ਲਓਗੇ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ ਸੁੱਖ ਮਿਲੇਗਾ ਮੇਰੇ ਮਾਲਕ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਨੇ ਜਗ੍ਹਾ ਜਗ੍ਹਾ ਤੇ ਜਾ ਕੇ ਦੇਖਿਆ ਭਰਮ ਹੀ ਭਰਮ ਨੇ ਹਰਿਦੁਆਰ ਗਏ ਲੋਕ ਪਾਣੀ ਸੁੱਟ ਰਹੇ ਨੇ ਉਹ ਚੜ੍ਹਦੇ ਨੂੰ ਸੂਰਜ ਨੂੰ ਪਾਣੀ ਦੇ ਰਹੇ ਨੇ ਗੁਰੂ ਨਾਨਕ ਦੇਵ ਮਹਾਰਾਜ ਇੱਧਰ ਲੈਂਦੇ ਨੂੰ ਪਾਣੀ ਦੇਣ ਲੱਗ ਪਏ ਉਹ ਕਹਿੰਦੇ ਨੇ ਤੁਸੀਂ ਲੈਂਦੇ ਨੂੰ ਪਾਣੀ ਕਿਉਂ ਦੇ ਰਹੇ ਹੋ ਮਹਾਰਾਜ ਕਹਿੰਦੇ ਮੇਰੀ ਰਾਏ ਭੋਏ ਦੀ ਤਲਵੰਡੀ ਵਿੱਚ ਜ਼ਮੀਨ ਸੁੱਕ ਰਹੀ ਮੈਂ ਉੱਥੇ ਪਾਣੀ ਦੇ ਰਿਹਾ ਹੱਸ ਪਏ ਉਹ ਉੱਚੀ ਉੱਚੀ ਕਹਿੰਦੇ ਭੋਲਿਆ ਤੇਰਾ ਪਾਣੀ ਕਦੇ ਉੱਥੇ ਪਹੁੰਚ ਸਕਦਾ ਮਹਾਰਾਜ ਕਹਿੰਦੇ ਭੋਲਿਓ ਜੇ ਮੇਰਾ ਨਹੀਂ ਪਹੁੰਚ ਸਕਦਾ ਤੇ ਕੀ ਤੁਹਾਡਾ ਪਹੁੰਚ ਸਕਦਾ ਮੂੰਹ 'ਚ ਉਂਗਲਾਂ ਆ ਗਈਆਂ ਕਿ ਗੱਲ ਤਾਂ ਬੰਦਾ ਸਹੀ ਕਰਦਾ ਕਿ ਪਾਣੀ ਤਾਂ ਸਾਡਾ ਵੀ ਨਹੀਂ ਉੱਥੇ ਪਹੁੰਚਦਾ ਜਿਹੜਾ ਇਸੇ ਧਰਤੀ ਤੇ ਸੁੱਟਿਆ ਪਾਣੀ ਇਸੇ ਧਰਤੀ ਤੇ ਨਹੀਂ ਪਹੁੰਚ ਸਕਦਾ ਓਏ ਭੋਲਿਓ ਤੁਹਾਡਾ ਇਸ ਧਰਤੀ ਤੋਂ ਸੁੱਟਿਆ ਪਾਣੀ ਸੂਰਜ ਤੋਂ ਅੱਗੇ ਕਿੱਦਾਂ ਚਲੇ ਜਾਵੇਗਾ ਗੁਰੂ ਨਾਨਕ ਦੇਵ ਮਹਾਰਾਜ ਨੇ ਸ਼ਰਾਧਾਂ ਤੋਂ ਮਨਾ ਕੀਤਾ ਇੱਥੇ ਕਈ ਵਾਰ ਲੋਕ ਆ ਕੇ ਪੁੱਛ ਲੈਂਦੇ ਨੇ ਜੀ ਬਾਬੇ ਨਾਨਕ ਦਾ ਸ਼ਰਾਧ ਕਿੱਦਣ ਹੈ ਗੁਰੂ ਅਮਰਦਾਸ ਮਹਾਰਾਜ ਦਾ ਸ਼ਰਾਧ ਕਿੱਦਣ ਹੈ ਔਰ ਬਦਕਿਸਮਤੀ ਇਹ ਮਨਾਏ ਵੀ ਜਾਂਦੇ ਨੇ ਗੁਰਦੁਆਰਿਆਂ ਦੇ ਵਿੱਚ ਮਨਾਏ ਵੀ ਜਾਂਦੇ ਨੇ ਫਿਰ ਫਰਕ ਕੀ ਰਹਿ ਗਿਆ ਉੱਥੇ ਬਾਬੇ ਨਾਨਕ ਨੇ ਸਮਝਾਇਆ ਅਸੀਂ ਉਹਨੂੰ ਤਿਲਾਂਜਲੀ ਦੇ ਦਿੱਤੀ ਜਗਨਨਾਥਪੁਰੀ ਗੁਰੂ ਨਾਨਕ ਮਹਾਰਾਜ ਗਏ ਭਰਮ ਦਾ ਗੜ ਹਿੰਦੁਸਤਾਨ ਦੀ ਸਭ ਤੋਂ ਵੱਡੀ ਆਰਤੀ ਉੱਥੇ ਕੀਤੀ ਜਾਂਦੀ ਸੀ ਮੇਰੇ ਮਾਲਕ ਜੀ ਉੱਥੇ ਪਹੁੰਚੇ ਕਹਿਣ ਲੱਗੇ ਤੁਹਾਡੀ ਆਰਤੀ ਤੋਂ ਵਾਹਿਗੁਰੂ ਖੁਸ਼ ਨਹੀਂ ਹੋਵੇਗਾ ਕਿਉਂਕਿ ਤੁਹਾਡੀ ਆਰਤੀ ਬਹੁਤ ਛੋਟੀ ਹੈ ਤੇ ਨਿੱਕੀ ਜਿਹੀ ਆਰਤੀ ਤਾਂ ਕਰੋ ਜੇ ਤੁਹਾਡਾ ਰੱਬ ਨਿੱਕਾ ਜਿਹਾ
गुरु नानक देव महाराज ने गगन मैथौल रब चंद दीपक बने तारका मंडल जनक मोती कह के इस आरती का खंडन किया जेड़ी दीवे बाल के थाली दे विच दीवे रख के ते आरती उतारी जांदी। मैं हैरान हो गया, एक दिन संध्या का टाइम सी, मैनू चेता नहीं वह टीवी केड़ा सी, लाइव टैलीकास्ट आ रहा सी, ते ग्रंथी सिंह ने गल च सरोपा पाया, हाथ दे विच थाली वड्डी फड़ी ते नाले शब्द गाई जान, गगन मैं थाल रव चंद दीपक बने तारका मंडल जनक मोती, ते नाले थाली कमाई जान। फर्क की रह गया? उत्थे गुरु नानक दे महाराज कह रहे ने यह आरती थाली विच दीवे पा के नहीं करनी, ते सिख कह रहे बाबा नानक नाराज ना होवी, नाल नाल तेरा शब्द पढ़ांगे, नाल नाल दीवे भी घुमावांगे। नाराज नहीं होना, बाबे नानक नूं भी नाराज नहीं करना कि बाबा नानक भी नाराज ना हो।